ਮੈਂ ਉਹਦੇ ਵਿੱਚ ਦੇਖੋ ਦੋ ਇੰਪਲੋਈ ਸਸਪੈਂਡ ਕੀਤੇ ਸੀ, ਉਹਨਾਂ ਨੇ ਉਸ ਦਿਨ ਕੋਈ ਜਵਾਬ ਨਹੀਂ ਦਿੱਤਾ ਸੀ ਆਪਣਾ ਵੀ ਉਹਨਾਂ ਨੇ ਚਿੱਠੀ ਦਾ ਕੀ ਕੀਤਾ, ਜਿਹੜੀ ਐਨ ਓ ਸੀ ਦੀ ਚਿੱਠੀ ਆਈ ਸੀ. ਸੋ ਉਹਨਾਂ ਦੋਵਾਂ ਇੰਪਲੋਈਜ਼ ਦਾ ਰਿਕਾਰਡ ਅਸੀਂ ਕੱਲ੍ਹ ਛਾਣ ਲਿਆ. ਦੋ ਇੰਪਲੋਈ ਉਹਨਾਂ ਦਾ ਕਸੂਰ ਕੋਈ ਨਹੀਂ ਹੈ, ਲੇਕਿਨ ਡਰਾਇੰਗ ਬ੍ਰਾਂਚ ਜਿਹੜੀ ਆ ਉਹਦੇ 'ਚ ਤਿੰਨ ਇੰਪਲੋਈ ਜਿਹੜੇ ਸਾਡੇ ਹੈੱਡ ਡਰਾਫਟਸਮੈਨ ਏ ਟੀ ਪੀ ਔਰ ਡਰਾਫਟਸਮੈਨ ਜਿਹੜਾ ਉਹ ਤਿੰਨਾਂ ਦੇ ਖਿਲਾਫ਼ ਸਰਕਾਰ ਨੂੰ ਮੈਂ ਲਿਖ ਦਿੱਤਾ. ਸਰ ਕਹਿੰਦੇ ਨੇ ਕਹਿੰਦੇ ਉਹ ਕਹਿੰਦੇ ਵੀ ਇਹ ਕੋਈ ਸਾਜਿਸ਼ ਕੀਤੀ ਗਈ, ਕਹਿੰਦੇ ਰਾਤ ਦੇ 12:15 ਕਹਿੰਦੇ ਨੋਟਿਸ ਭੇਜਿਆ ਗਿਆ. ਨਹੀਂ ਮੈਂ ਤੁਹਾਨੂੰ ਦੱਸਦਾ, ਮੈਨੂੰ ਜਦੋਂ ਉਹਨਾਂ ਵੱਲੋਂ ਧਿਆਨ 'ਚ ਲਿਆ ਤਾ, ਮੇਰੇ ਧਿਆਨ 'ਚ ਲਿਆ ਤਾ ਕਿ ਮੇਰਾ ਐਨ ਓ ਸੀ ਇਸ ਤਰ੍ਹਾਂ ਪੈਂਡਿੰਗ ਹੈ, ਤਾਂ ਮੈਂ ਉਸੇ ਵੇਲੇ ਹੀ ਪਰਸਨਲੀ ਜਿਹਨੂੰ ਕਹਾਂਗੇ ਪੀ ਡਬਲਿਊ ਡੀ ਤੋਂ ਰੇਟ ਰੈਂਟ ਅਸੈਸ ਕਰਾਇਆ ਔਰ ਡੀ ਸੀ ਔਫਿਸ ਤੋਂ ਦੇਖਿਆ ਕੋਈ ਇਹਨੂੰ ਅਲੋਟਮੈਂਟ ਨਹੀਂ ਹੋਈ. ਸੋ ਅਲੋਟਮੈਂਟ ਦਾ ਕੋਈ ਵੀ ਰਿਕਾਰਡ ਨਹੀਂ ਸੀ, ਕਿਤੇ ਵੀ ਅਲੋਟਮੈਂਟ ਨਹੀਂ ਹੋਈ ਸੀ, ਨਾ ਕਾਰਪੋਰੇਸ਼ਨ ਅਲੋਟਮੈਂਟ ਸੀ, ਨਾ ਡੀ ਸੀ ਔਫਿਸ ਵੱਲੋਂ ਅਲੋਟਮੈਂਟ ਸੀ. ਸੋ ਘਰ ਦੀ ਪੁਜੀਸ਼ਨ ਅਨਔਥੋਰਾਈਜ਼ ਹੋਣ ਕਰਕੇ ਤੁਰੰਤ ਉਹਦਾ ਮਾਰਕੀਟ ਰੇਟ ਅਸੈਸ ਕਰਾ ਕੇ ਔਰ ਉਹਦਾ ਡਬਲ ਜਿਹੜਾ ਅਮਾਊਂਟ ਹੈ, ਇਹਦੇ ਵਿੱਚ ਦੇਖੋ ਪ੍ਰੋਸੀਜਰ ਹੈ, ਇਹਦੇ ਵਿੱਚ ਅਸੈਸਮੈਂਟ ਕਰਾਉਣੀ, ਘਰ ਦਾ ਨਕਸ਼ਾ ਵੀ ਨਹੀਂ ਸਾਡੇ ਕੋਲ, ਅਸੀਂ ਨਕਸ਼ਾ ਵੀ ਬਣਵਾਇਆ ਉਸ ਵੇਲੇ ਆਪ ਔਰ ਅਸੈਸਮੈਂਟ ਕਰਕੇ ਉਹਦੇ ਵਿੱਚ ਟਾਈਮ ਲੱਗਦਾ ਹੈ, ਉਹਦੇ ਵਿੱਚ ਟਾਈਮ ਲੱਗਿਆ ਥੋੜ੍ਹਾ, ਅਤੇ ਅਸੀਂ ਉਹਨਾਂ ਨੂੰ ਸਮੇਂ ਸਿਰ ਜਿਹੜਾ ਹੈ ਉਹ ਰਾਤ ਨੂੰ ਜ਼ਰੂਰ 10:30 ਨੋਟਿਸ ਗਿਆ ਮੇਰੇ ਕੋਲੋਂ, ਮੇਲ ਵੀ ਕੀਤੀ ਗਈ ਹੈ ਉਸ ਤੋਂ ਬਾਅਦ, ਅਤੇ ਉਹਨਾਂ ਨੇ ਅਗਲੇ ਦਿਨ ਪੈਸੇ ਜਮ੍ਹਾਂ ਕਰਾ ਦਿੱਤੇ, ਅੱਧੇ ਘੰਟੇ 'ਚ ਐਨ ਓ ਸੀ ਦਿੱਤਾ ਗਿਆ. ਹਾਂਜੀ, 2019 ਦਾ ਐਨ ਓ ਸੀ ਉਹਨਾਂ ਨੇ ਪੇਸ਼ ਕੀਤਾ, ਉਹਦੇ ਵਿੱਚ ਕਾਰਪੋਰੇਸ਼ਨ ਦਾ ਕੋਈ ਲੈਣ ਦੇਣ, ਕਾਰਪੋਰੇਸ਼ਨ ਦਾ ਕੋਈ ਲੈਣ ਦੇਣ ਹੈ ਕਿ ਨਹੀਂ, ਉਹ ਉਸ ਸੰਬੰਧੀ ਐਨ ਓ ਸੀ ਜਾਰੀ ਹੋਇਆ. 19 ਦੇ ਵਿੱਚ ਇਹ ਕੋਠੀ ਅਲੋਟ ਜਿਹੜੀ ਹੈ, ਜੇ ਸਾਡੇ ਵੱਲੋਂ ਕੋਠੀ ਅਲੋਟ ਹੀ ਨਹੀਂ ਹੋਈ, ਸੋ ਇਸ ਕਰਕੇ ਸਾਡੇ ਮੁਲਾਜ਼ਮਾਂ ਵੱਲੋਂ ਕੋਈ ਇਹਦਾ ਐਨ ਓ ਸੀ ਮਤਲਬ ਸਾਡੇ ਵੱਲ ਬਕਾਇਆ ਕੋਈ ਖੜਾ ਨਹੀਂ ਸੀ ਉਸ ਵੇਲੇ. ਸਰ ਜਿੱਦਾਂ ਗੈਰ ਕਾਨੂੰਨੀ ਪ੍ਰਤੀਕਿਆ ਵੀ ਰਿਹਾ ਉੱਥੇ, ਜਿਹੜੀਆਂ ਰਹਿਸ਼ ਕੀਤੀ ਗਈ, ਲੱਗਦਾ ਕਿ ਵੱਡੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਕਿਉਂਕਿ ਅਧਿਕਾਰੀ ਵੀ ਕਿਤੇ ਨਾ ਕਿਤੇ. ਦੇਖੋ ਇਹ ਚੀਜ਼ ਮੈਂ ਹਾਂ ਤਾਂ ਹੁਣ ਜੁਆਇਨ ਕੀਤਾ 23 ਦੇ ਵਿੱਚ, ਇਹ 16 ਦਾ ਮੈਟਰ ਹੈਗਾ. ਸੋ ਇਹ ਇੱਕ ਜਿਹਨੂੰ ਕਹਾਂਗੇ ਇੱਕ ਵੱਖਰਾ ਇਨਕੁਆਇਰੀ ਦਾ ਮੈਟਰ, ਉਹ ਵੱਖਰਾ ਦੇਖਿਆ ਜਾਵੇਗਾ. ਮੈਂ ਉਹਦੇ ਵਿੱਚ ਦੇਖੋ ਦੋ ਇੰਪਲੋਈ ਸਸਪੈਂਡ ਕੀਤੇ ਸੀ, ਉਹਨਾਂ ਨੇ ਉਸ ਦਿਨ ਕੋਈ ਜਵਾਬ ਨਹੀਂ ਦਿੱਤਾ ਸੀ ਆਪਣਾ ਵੀ ਉਹਨਾਂ ਨੇ ਚਿੱਠੀ ਦਾ ਕੀ ਕੀਤਾ, ਜਿਹੜੀ ਐਨ ਓ ਸੀ ਦੀ ਚਿੱਠੀ ਆਈ ਸੀ. ਸੋ ਉਹਨਾਂ ਦੋਵਾਂ ਇੰਪਲੋਈਜ਼ ਦਾ ਰਿਕਾਰਡ ਅਸੀਂ ਕੱਲ੍ਹ ਛਾਣ ਲਿਆ. ਦੋ ਇੰਪਲੋਈ ਉਹਨਾਂ ਦਾ ਕਸੂਰ ਕੋਈ ਨਹੀਂ ਹੈ, ਲੇਕਿਨ ਡਰਾਇੰਗ ਬ੍ਰਾਂਚ ਜਿਹੜੀ ਆ ਉਹਦੇ 'ਚ ਤਿੰਨ ਇੰਪਲੋਈ ਜਿਹੜੇ ਸਾਡੇ ਹੈੱਡ ਡਰਾਫਟਸਮੈਨ ਏ ਟੀ ਪੀ ਔਰ ਡਰਾਫਟਸਮੈਨ ਜਿਹੜਾ ਉਹ ਤਿੰਨਾਂ ਦੇ ਖਿਲਾਫ਼ ਸਰਕਾਰ ਨੂੰ ਮੈਂ ਲਿਖ ਦਿੱਤਾ. ਸਰ ਕਹਿੰਦੇ ਨੇ ਕਹਿੰਦੇ ਉਹ ਕਹਿੰਦੇ ਵੀ ਇਹ ਕੋਈ ਸਾਜਿਸ਼ ਕੀਤੀ ਗਈ, ਕਹਿੰਦੇ ਰਾਤ ਦੇ 12:15 ਕਹਿੰਦੇ ਨੋਟਿਸ ਭੇਜਿਆ ਗਿਆ. ਨਹੀਂ ਮੈਂ ਤੁਹਾਨੂੰ ਦੱਸਦਾ, ਮੈਨੂੰ ਜਦੋਂ ਉਹਨਾਂ ਵੱਲੋਂ ਧਿਆਨ 'ਚ ਲਿਆ ਤਾ, ਮੇਰੇ ਧਿਆਨ 'ਚ ਲਿਆ ਤਾ ਕਿ ਮੇਰਾ ਐਨ ਓ ਸੀ ਇਸ ਤਰ੍ਹਾਂ ਪੈਂਡਿੰਗ ਹੈ, ਤਾਂ ਮੈਂ ਉਸੇ ਵੇਲੇ ਹੀ ਪਰਸਨਲੀ ਜਿਹਨੂੰ ਕਹਾਂਗੇ ਪੀ ਡਬਲਿਊ ਡੀ ਤੋਂ ਰੇਟ ਰੈਂਟ ਅਸੈਸ ਕਰਾਇਆ ਔਰ ਡੀ ਸੀ ਔਫਿਸ ਤੋਂ ਦੇਖਿਆ ਕੋਈ ਇਹਨੂੰ ਅਲੋਟਮੈਂਟ ਨਹੀਂ ਹੋਈ. ਸੋ ਅਲੋਟਮੈਂਟ ਦਾ ਕੋਈ ਵੀ ਰਿਕਾਰਡ ਨਹੀਂ ਸੀ, ਕਿਤੇ ਵੀ ਅਲੋਟਮੈਂਟ ਨਹੀਂ ਹੋਈ ਸੀ, ਨਾ ਕਾਰਪੋਰੇਸ਼ਨ ਵੱਲੋਂ ਅਲੋਟਮੈਂਟ ਸੀ, ਨਾ ਡੀ ਸੀ ਔਫਿਸ ਵੱਲੋਂ ਅਲੋਟਮੈਂਟ ਸੀ. ਸੋ ਘਰ ਦੀ ਪੁਜੀਸ਼ਨ ਅਨਔਥੋਰਾਈਜ਼ ਹੋਣ ਕਰਕੇ ਤੁਰੰਤ ਉਹਦਾ ਮਾਰਕੀਟ ਰੇਟ ਅਸੈਸ ਕਰਾ ਕੇ ਔਰ ਉਹਦਾ ਡਬਲ ਜਿਹੜਾ ਅਮਾਊਂਟ ਹੈ, ਇਹਦੇ ਵਿੱਚ ਦੇਖੋ ਪ੍ਰੋਸੀਜਰ ਹੈ, ਇਹਦੇ ਵਿੱਚ ਅਸੈਸਮੈਂਟ ਕਰਾਉਣੀ, ਘਰ ਦਾ ਨਕਸ਼ਾ ਵੀ ਨਹੀਂ ਸਾਡੇ ਕੋਲ, ਅਸੀਂ ਨਕਸ਼ਾ ਵੀ ਬਣਵਾਇਆ ਉਸ ਵੇਲੇ ਆਪ ਔਰ ਅਸੈਸਮੈਂਟ ਕਰਕੇ ਉਹਦੇ ਵਿੱਚ ਟਾਈਮ ਲੱਗਦਾ ਹੈ, ਉਹਦੇ ਵਿੱਚ ਟਾਈਮ ਲੱਗਿਆ ਥੋੜ੍ਹਾ, ਅਤੇ ਅਸੀਂ ਉਹਨਾਂ ਨੂੰ ਸਮੇਂ ਸਿਰ ਜਿਹੜਾ ਹੈ ਉਹ ਰਾਤ ਨੂੰ ਜ਼ਰੂਰ 10:30 ਨੋਟਿਸ ਗਿਆ ਮੇਰੇ ਕੋਲੋਂ, ਮੇਲ ਵੀ ਕੀਤੀ ਗਈ ਹੈ ਉਸ ਤੋਂ ਬਾਅਦ, ਅਤੇ ਉਹਨਾਂ ਨੇ ਅਗਲੇ ਦਿਨ ਪੈਸੇ ਜਮ੍ਹਾਂ ਕਰਾ ਦਿੱਤੇ, ਅੱਧੇ ਘੰਟੇ 'ਚ ਐਨ ਓ ਸੀ ਦਿੱਤਾ ਗਿਆ. ਹਾਂਜੀ, 2019 ਦਾ ਐਨ ਓ ਸੀ ਉਹਨਾਂ ਨੇ ਪੇਸ਼ ਕੀਤਾ, ਉਹਦੇ ਵਿੱਚ ਕਾਰਪੋਰੇਸ਼ਨ ਦਾ ਕੋਈ ਲੈਣ ਦੇਣ, ਕਾਰਪੋਰੇਸ਼ਨ ਦਾ ਕੋਈ ਲੈਣ ਦੇਣ ਹੈ ਕਿ ਨਹੀਂ, ਉਹ ਉਸ ਸੰਬੰਧੀ ਐਨ ਓ ਸੀ ਜਾਰੀ ਹੋਇਆ. 19 ਦੇ ਵਿੱਚ ਇਹ ਕੋਠੀ ਅਲੋਟ ਜਿਹੜੀ ਹੈ, ਜੇ ਸਾਡੇ ਵੱਲੋਂ ਕੋਠੀ ਅਲੋਟ ਹੀ ਨਹੀਂ ਹੋਈ, ਸੋ ਇਸ ਕਰਕੇ ਸਾਡੇ ਮੁਲਾਜ਼ਮਾਂ ਵੱਲੋਂ ਕੋਈ ਇਹਦਾ ਐਨ ਓ ਸੀ ਮਤਲਬ ਸਾਡੇ ਵੱਲ ਬਕਾਇਆ ਕੋਈ ਖੜਾ ਹੀ ਨਹੀਂ ਸੀ ਉਸ ਵੇਲੇ. ਸਰ ਜਿੱਦਾਂ ਗੈਰ ਕਾਨੂੰਨੀ ਪ੍ਰਤੀਕਿਆ ਵੀ ਰਿਹਾ ਉੱਥੇ, ਜਿਹੜੀਆਂ ਲੱਗਦਾ ਕਿ ਵੱਡੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਕਿਉਂਕਿ ਅਧਿਕਾਰੀ ਵੀ ਕਿਤੇ ਨਾ ਕਿਤੇ. ਦੇਖੋ ਇਹ ਚੀਜ਼ ਮੈਂ ਹਾਂ ਤਾਂ ਹੁਣ ਜੁਆਇਨ ਕੀਤਾ 23 ਦੇ ਵਿੱਚ, ਇਹ 16 ਦਾ ਮੈਟਰ ਹੈਗਾ. ਸੋ ਇਹ ਇੱਕ ਜਿਹਨੂੰ ਕਹਾਂਗੇ ਇੱਕ ਵੱਖਰਾ ਇਨਕੁਆਇਰੀ ਦਾ ਮੈਟਰ, ਉਹ ਵੱਖਰਾ ਦੇਖਿਆ ਜਾਵੇਗਾ.